ਮੈਂ ਹਾਂ ਤੁਹਾਡਾ ਆਪਣਾ ਸੰਦੀਪ ਉੱਪਲ। ਅੱਜ ਪਹੁੰਚਿਆ ਜੀਵਨ ਦਿਸ਼ਾ ਪਬਲਿਕ ਸਕੂਲ ਬੈਂਕੇ ਵਿਖੇ, ਜਿੱਥੇ ਕਿ 10ਵੀਂ ਕਲਾਸ ਦੇ ਬੱਚਿਆਂ ਦੇ ਐਗਜ਼ਾਮ ਬਾਰੇ ਜਾਣਕਾਰੀ ਲੈਂਦੇ ਹਾਂ। ਉਹਨਾਂ ਦੇ ਚੇਅਰਮੈਨ ਸਾਹਿਬ ਨਾਲ, ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨਾਲ, ਉਹਨਾਂ ਦੇ ਮੈਡਮ ਨਾਲ ਗੱਲਬਾਤ ਕਰਦੇ ਹਾਂ। ਆਓ। ਪਬਲਿਕ ਸਕੂਲ ਬੈਂਕੇ ਵਿਖੇ ਜਿੱਥੇ ਕਿ ਸਾਡੇ ਨਾਲ ਵਿਦਿਆਰਥਣਾਂ ਸਕੂਲ ਦੀਆਂ ਮੌਜੂਦ ਹਨ, ਜਿਹਨਾਂ ਦੇ ਆਪਾਂ ਮਾਰਕਸ ਦੀ ਗੱਲ ਕਰਦੇ ਹਾਂ, ਕਿੰਨੇ ਪ੍ਰਸੈਂਟ 'ਤੇ ਮਾਰਕਸ ਆਏ ਆ? ਹਾਂਜੀ ਬੇਟਾ, ਕੀ ਨਾਮ ਤੁਹਾਡਾ? ਅਨਮੋਲ, ਕਿਹੜੀ ਕਲਾਸ 'ਚ ਪੜ੍ਹਦੇ ਜੀ? ਸਕੂਲ ਕਿਹੜਾ? ਜੀਵਨ ਦਿਸ਼ਾ ਪਬਲਿਕ ਸਕੂਲ ਬੈਂਕ ਦਾ। ਕਿੰਨੇ ਮਾਰਕਸ ਆਏ ਤੇ ਕਿਹੜੇ ਪੇਪਰ ਦੇ ਵਿੱਚ? ਮੇਰੇ 95% ਆਈ ਆ ਪੰਜਾਬ ਬੋਰਡ ਦੇ। ਕੀ ਕਹਿਣਾ ਚਾਹੁੰਦੇ ਸਕੂਲ ਬਾਰੇ? ਮੈਂ ਨਰਸਰੀ ਤੋਂ ਇੱਥੇ ਸਟੱਡੀ ਕਰਦੀ ਪਈ ਹਾਂ, ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਸਕੂਲ ਬਹੁਤ ਵਧੀਆ ਹੈ, ਸਾਰੇ ਬੱਚਿਆਂ ਨੂੰ ਇੱਥੇ ਸਟੱਡੀ ਕਰਨੀ ਚਾਹੀਦੀ ਆ, ਅਤੇ ਇੱਥੇ ਵੈੱਲ ਐਜੂਕੇਟਡ ਜਿਹੜੇ ਆ ਟੀਚਰਸ ਹੈਗੇ ਆ, ਸਾਰੇ ਪ੍ਰੋਵਾਈਡ ਆ ਟੀਚਰ, ਇੱਥੇ ਬਹੁਤ ਵਧੀਆ ਸਟੱਡੀ ਕਰਾਉਂਦੇ ਆ, ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵਧੀਆ ਪੜ੍ਹੋ ਅਤੇ ਵਧੀਆ ਮਾਰਕਸ ਲੈ ਕੇ ਅਤੇ ਅੱਗੇ ਵਧੋ। ਦੇਖੋ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੂਜੇ ਨੰਬਰ 'ਤੇ ਮੈਂ ਬਹੁਤ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਜਿੱਦਾਂ ਸਾਡੇ 10ਵੀਂ ਦੇ ਬੱਚੇ ਆ ਉਹ ਮਤਲਬ 100% ਪਾਸ ਹੋਏ ਆ, ਰਿਜ਼ਲਟ ਸਾਨੂੰ 100% ਮਿਲਿਆ ਆ, ਜਿਹਦੇ ਵਿੱਚੋਂ ਕਿ ਬੱਚੀਆਂ ਨੇ 95% 'ਤੇ ਪਾਸ ਕੀਤੀ, ਔਰ ਜਿਹੜੇ ਬੱਚਿਆਂ ਨੇ ਬੇਟੇ ਆ ਬੱਚੇ ਆ ਬੋਆਇਜ਼, ਉਹਨਾਂ ਨੇ ਯਾਨੀ ਕਿ ਸਾਨੂੰ 92-95% ਉਹਨਾਂ ਨੇ ਵੀ ਸਾਨੂੰ ਰਿਜ਼ਲਟ ਦਿੱਤਾ, ਅਤੇ ਮੈਂ ਬਹੁਤ ਖੁਸ਼ ਹਾਂ ਔਰ ਬੱਚਿਆਂ ਨੂੰ ਮੈਂ ਵਧਾਈ ਦਿੰਦਾ। ਮੇਰਾ ਨਾਮ ਰਾਜੋ ਸਿੰਘ ਹੈ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਜੀ ਮੈਂ 10th ਕਲਾਸ ਦੇ ਵਿੱਚ ਪੜ੍ਹਦਾ ਹਾਂ ਜੀ। ਕਿੰਨੇ ਪਰਸੈਂਟ ਲਏ ਨੰਬਰ ਤੁਸੀਂ? ਮੈਂ 95। ਪਰਚੀਆਂ ਕਿੰਨੀਆਂ ਜੋ ਮੇਰੇ ਵਿੱਚ ਕੰਮ ਕੀਤਾ ਜੀ? ਪਰਚੀਆਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਪਈ, ਕਿਉਂਕਿ ਇੱਥੇ ਦੇ ਟੀਚਰ ਬਹੁਤ ਵਧੀਆ ਵੈੱਲ ਕੁਆਲੀਫਾਈਡ ਟੀਚਰ ਆ, ਅਤੇ ਸਟੱਡੀ ਬਹੁਤ ਵਧੀਆ ਪ੍ਰੋਵਾਈਡ ਕੀਤੀ ਆ, ਅਤੇ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਵਾ ਟੀਚਰਾਂ ਦਾ, ਜੋ ਕਿ ਮੈਨੂੰ ਬਹੁਤ ਵਧੀਆ ਲੱਗਾ ਇਸ ਸਕੂਲ ਦੇ ਵਿੱਚ ਆਉਣ ਕੇ। ਸਾਡੇ ਨਾਲ ਜੀਵਨ ਦਿਸ਼ਾ ਪਬਲਿਕ ਸਕੂਲ ਤੋਂ ਮੈਡਮ ਸੰਦੀਪ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਡਮ, ਕੀ ਕਹਿਣਾ ਚਾਹੁੰਦੇ ਜੀ, ਜਿਹੜਾ ਕਿ ਅੱਜ ਤੁਹਾਡੇ ਸਕੂਲ ਇੱਥੇ ਪਹੁੰਚੇ ਆ ਅਤੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ, ਕੀ ਤੁਹਾਡੇ ਵਿਚਾਰ ਇਸ ਬਾਰੇ? ਸਰ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਕੂਲ ਦੇ ਚੇਅਰਮੈਨ ਸਰ ਸਰਦਾਰ ਜੋਗਿੰਦਰ ਸਿੰਘ, MD ਸਰ ਸਰਦਾਰ ਧਰਮਿੰਦਰ ਸਿੰਘ, ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੀ ਹਾਂ, ਬੱਚਿਆਂ ਦੇ ਪੇਰੈਂਟਸ ਨੂੰ ਵਧਾਈਆਂ ਦਿੰਦੀ ਹਾਂ, ਟੀਚਰ ਸਭ ਸਰ ਵਧਾਈਆਂ ਦੇ ਹੱਕਦਾਰ ਹੈਗੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕਰਵਾਈ ਹੈ ਬੱਚਿਆਂ ਨੂੰ। ਜਿਵੇਂ ਕਿ ਆਪਾਂ ਆਮ ਸੁਣਦੇ ਹਾਂ ਕਿ ਬੱਚਿਆਂ ਦੇ ਪਿੱਛੇ ਮਤਲਬ ਕਿ ਸੈਂਟਰ ਵਿੱਚ ਕਈ ਸਕੂਲ ਦੇ ਟੀਚਰਸ ਜਾ ਰਹੇ ਨੇ, ਠੀਕ ਹੈ, ਅਸੀਂ ਦੇਖਿਆ ਵੀ ਆ, ਬਟ ਚਲੋ ਸਾਡੇ ਬੱਚਿਆਂ ਦੀ ਮਿਹਨਤ, ਸਾਡੇ ਟੀਚਰਾਂ ਦੀ ਮਿਹਨਤ, ਸਾਡੀ ਮੈਨੇਜਮੈਂਟ ਦਾ ਫੁੱਲ ਸਪੋਰਟ ਸੀ ਬੱਚਿਆਂ ਨੂੰ, ਜਿਨ੍ਹਾਂ ਦਾ ਕਰਕੇ ਸਾਨੂੰ ਆਪਣੇ ਬੱਚਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਹੈਲਪ ਕਰਾਉਣ ਦੀ ਬਿਲਕੁਲ ਲੋੜ ਨਹੀਂ ਪਈ। ਸੋ ਜਿਹੜਾ ਆਪਣਾ ਰਿਜ਼ਲਟ ਆ ਉਹ 95% ਬੇਟੀਆਂ ਲੈ ਕੇ ਆਈਆਂ ਆ, 92-95%, 94% ਦਾ ਸਾਡੇ ਜਿਹੜੇ ਬੱਚੇ ਆ ਉਹ ਵੀ ਗਏ ਹੋਏ ਨੇ ਆ। ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਕਿ ਬੱਚਿਆਂ ਨੇ ਕਾਫ਼ੀ ਮਿਹਨਤ ਕੀਤੀ ਆ, ਉਹਨਾਂ ਦਾ ਜਿਹੜਾ ਮਿਹਨਤ ਦਾ ਫਲ ਆ ਉਹ ਆਪਣੇ ਸਾਡੇ ਸਾਹਮਣੇ ਆਇਆ ਆ, ਬੱਚਿਆਂ ਦਾ ਕਰਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਹੋਇਆ ਆ, ਅਤੇ ਅਸੀਂ ਇਹੋ ਕਹਿੰਦੇ ਹਾਂ ਕਿ ਚਲੋ +1 +2 ਵੀ ਹੁਣ ਇਸੇ ਤਰ੍ਹਾਂ ਮਿਹਨਤ ਕਰਨ ਅਤੇ ਸਕੂਲ ਦਾ ਨਾਮ ਰੋਸ਼ਨ। ਜਿੱਦਾਂ ਕਿ ਬੱਚਿਆਂ ਦੇ ਐਗਜ਼ਾਮ ਬਾਰੇ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ, ਕੀ ਕਹਿਣਾ ਤੁਹਾਡਾ? ਸਭ ਤੋਂ ਪਹਿਲਾਂ ਜੀ, ਜਿਹੜਾ ਸਕੂਲ ਦਾ ਸਟਾਫ ਹੈ ਔਰ ਮੈਨੇਜਮੈਂਟ ਕਮੇਟੀ ਹੈ ਔਰ ਬੱਚੇ ਨੇ, ਸਾਰੇ ਵਧਾਈ ਦੇ ਪਾਤਰ ਨੇ, ਕਿਉਂਕਿ ਜਿਹੜਾ ਸਾਡਾ 10th ਕਲਾਸ ਦਾ ਰਿਜ਼ਲਟ ਹੈ ਇਹ ਬਹੁਤ ਵਧੀਆ ਰਿਹਾ, 100% ਆਇਆ। ਜਿਵੇਂ ਕਿ ਸਰ ਨੇ ਦੱਸ ਚੁੱਕੇ ਨੇ ਸਰ, ਚੇਅਰਮੈਨ ਸਰ, ਕਿ ਜਿਹੜਾ 95% ਨੇ
ਉਹ ਸਾਡੀਆਂ ਬੱਚੀਆਂ ਨੇ ਉਹਨਾਂ ਨੇ ਸਪੋਰਟ ਕੀਤਾ, ਔਰ 92% ਤੋਂ 95% ਜਿਹੜੇ ਸਾਡੇ ਬੋਇਜ਼ ਨੇ ਉਹਨਾਂ ਨੇ ਸਪੋਰਟ ਕੀਤਾ, ਔਰ ਸਾਰੇ ਹੀ ਵਧਾਈ ਦੇ ਪਾਤਰ ਨੇ। ਔਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪਲੱਸ ਵਨ ਪਲੱਸ ਟੂ ਦੇ ਵਿੱਚੋਂ ਵੀ ਐਸੇ ਮਾਰਕਸ ਲੈ ਕੇ ਪਾਸ ਹੋਣ, ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ। ਔਰ ਮੈਂ ਇਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਦਿੰਦਾ ਵਾਂ ਕਿ ਇਹ ਅੱਗੇ ਵਧਣ ਔਰ ਖੂਬ ਮਿਹਨਤ ਕਰਨ।